ਅਕਸਰ ਕਿਸੇ ਵੱਡੇ ਵੱਡੇ ਕੰਮ ਦੀ ਸ਼ੁਰੂਆਤ ਇੱਕ ਛੋਟੀ ਜਿਹੀ ਪਹਿਲ ਤੋਂ ਹੁੰਦੀ ਹੈ, ਅਤੇ ਜੇ ਪਹਿਲ ਛੋਟੀਆਂ ਛੋਟੀਆਂ ਬੱਚੀਆਂ ਦੇ ਵੱਲੋਂ ਕੀਤੀ ਜਾਵੇ ਤਾਂ ਉਹ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ। ਇਸੇ ਪਹਿਲ ਨੂੰ ਲੈ ਕੇ ਅੱਜ ਅਸੀਂ ਪਟਿਆਲਾ ਜ਼ਿਲ੍ਹੇ ਦੇ ਬਹਾਦਰਗੜ੍ਹ ਦੇ ਨਜ਼ਦੀਕ ਪਹੁੰਚਿਆ, ਜਿੱਥੇ ਦੋ ਬੇਟੀਆਂ ਨੇ ਜਿਹੜੀਆਂ ਮੰਨਤ ਅਤੇ ਇਕਨੂਰ, ਉਹਨਾਂ ਦੋਵਾਂ ਨੇ ਆਪਣਾ ਇੱਕ ਗੋਟ ਫਾਰਮ, ਬੱਕਰੀ ਫਾਰਮ ਖੋਲ੍ਹਿਆ। ਪਹਿਲਾਂ ਮੈਂ ਤੁਹਾਨੂੰ ਤਸਵੀਰਾਂ ਦਿਖਾ ਦਿਆਂ ਕਿ ਇਹ ਉਹ ਗੋਟ ਫਾਰਮ ਹੈ, ਬੱਕਰੀ ਫਾਰਮ ਹੈ, ਜਿਹਦੇ ਵਿੱਚ ਦੇਸੀ ਅਤੇ ਵਿਦੇਸ਼ੀ ਨਸਲ ਦੀਆਂ ਲਗਭਗ 65 ਜਿਹੜੀਆਂ ਬੱਕਰੀਆਂ ਨੇ ਉਹ ਰੱਖੀਆਂ ਗਈਆਂ ਨੇ, ਉਹਨਾਂ ਨੂੰ ਪਾਲਿਆ ਜਾ ਰਿਹਾ ਇਹਨਾਂ ਦੋ ਭੈਣਾਂ ਦੇ ਵੱਲੋਂ। ਅਤੇ ਉਹਨਾਂ ਜਿਹੜੀਆਂ ਬੱਕਰੀਆਂ ਨੇ ਉਹਨਾਂ ਦਾ ਜਿਹੜਾ ਦੁੱਧ ਹੈ, ਘੀ ਹੈ, ਉਹ ਬਹੁਤ ਮਹਿੰਗੇ ਭਾਅ ਲੋਕਾਂ ਨੂੰ ਵੇਚਿਆ ਜਾਂਦਾ, ਅਤੇ ਜਿਹੜੀਆਂ ਬੱਕਰੀਆਂ ਨੇ ਉਹਨਾਂ ਨੂੰ ਵੀ ਸੇਲ ਕੀਤਾ ਜਾਂਦਾ। ਉਸ ਬੱਕਰੀ ਫਾਰਮ ਦੇ ਤੁਹਾਨੂੰ ਮੈਂ ਦ੍ਰਿਸ਼ ਦਿਖਾ ਦਿੱਤੇ। ਹੁਣ ਉਹ ਜਿਹੜੀਆਂ ਦੋ ਬੇਟੀਆਂ ਨੇ ਮੰਨਤ ਅਤੇ ਇਕਨੂਰ, ਉਹਨਾਂ ਨਾਲ ਗੱਲ ਕਰ ਲੈਂਦੇ ਹਾਂ ਕਿ ਕਿਸ ਤਰ੍ਹਾਂ ਉਹਨਾਂ ਨੇ ਇਸ ਗੋਟ ਫਾਰਮ ਦੀ ਸ਼ੁਰੂਆਤ ਕੀਤੀ। ਮੰਨਤ, ਕਿਸ ਤਰ੍ਹਾਂ ਬੇਟੇ ਤੁਸੀਂ ਜਿਹੜਾ ਫਾਰਮ ਇਹਨੂੰ ਸ਼ੁਰੂ ਕੀਤਾ ਸੀ? ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਫਾਰਮ 'ਤੇ। ਇਹ ਜਿਹੜਾ ਫਾਰਮ ਹੈ, ਐਕਚੁਅਲੀ ਅਸੀਂ ਫਾਰਮ ਸੋਚ ਕੇ ਨਹੀਂ ਸ਼ੁਰੂ ਕੀਤਾ ਸੀ, ਇਹ ਕੋਇੰਸੀਡੈਂਸ ਹੋ ਗਿਆ ਸਾਡੇ ਨਾਲ। ਜਿਵੇਂ ਅੱਜ ਤੋਂ ਤਕਰੀਬਨ 4 ਸਾਲ ਪਹਿਲਾਂ ਮੇਰੀ ਤਬੀਅਤ ਠੀਕ ਨਹੀਂ ਸੀ, ਮਤਲਬ ਥੋੜ੍ਹੀ ਖਰਾਬ ਹੋ ਗਈ ਸੀ, ਤਾਂ ਪਾਪਾ ਨੂੰ ਕਿਸੇ ਨੇ ਸਲਾਹ ਦਿੱਤੀ ਵੀ ਤੁਸੀਂ ਇੱਕ ਬੱਕਰੀ ਲੈ ਕੇ ਆਓ ਆਪਣੇ ਘਰ ਦੇ ਵਿੱਚ, ਤਾਂ ਉਹਦਾ ਦੁੱਧ ਪੀਓ, ਤਾਂ ਉੱਥੋਂ ਹੀ ਮਤਲਬ ਇਹ ਫਾਰਮ ਦੀ ਸ਼ੁਰੂਆਤ ਹੋਈ। ਅਤੇ ਉਸ ਤੋਂ ਬਾਅਦ ਇਹ ਜਿਹੜਾ ਬਿਜ਼ਨਸ ਹੈ ਜਾਂ ਜਿਹੜੀ ਤੁਸੀਂ ਟ੍ਰੇਨਿੰਗ ਬਣਾਈ ਹੋਈ ਹੈ, ਟ੍ਰੇਨਿੰਗ ਸੈਂਟਰ ਬਣਾਇਆ ਹੋਇਆ ਜਿਹਦੇ ਵਿੱਚ ਤੁਸੀਂ ਟ੍ਰੇਨਿੰਗ ਦਿੰਦੇ ਹੋ ਬੱਕਰੀ ਪਾਲਣ ਦੀ ਲੋਕਾਂ ਨੂੰ, ਉਹ ਬੇਟੇ ਕਿਸ ਤਰ੍ਹਾਂ ਅੱਗੇ ਤੁਸੀਂ ਸ਼ੁਰੂ ਕੀਤਾ? ਸਰ, ਜਿਵੇਂ ਹੁਣ ਸਾਨੂੰ 4 ਸਾਲ ਹੋ ਗਏ ਨੇ ਕੰਮ ਕਰਦਿਆਂ ਨੂੰ, ਤਾਂ ਐਕਸਪੀਰੀਅੰਸ ਹੋ ਜਾਂਦਾ। ਸੋ ਸਾਡੇ ਕੋਲ ਜਿਵੇਂ ਹੁਣ ਨੈੱਟ 'ਤੇ ਅਸੀਂ ਅੱਗੇ ਵੱਧ ਰਹੇ ਹਾਂ, ਤਾਂ ਲੋਕ ਪੁੱਛਦੇ ਆ ਫੋਨਸ 'ਤੇ ਵੀ ਤੁਸੀਂ ਦੱਸੋ ਵੀ ਕਿਵੇਂ ਕਰਨਾ, ਤਾਂ ਸਾਰੇ ਜਾਣਦੇ ਆ ਵੀ ਫੋਨ 'ਤੇ ਇੰਨਾ ਟਾਈਮ ਨਹੀਂ ਸਮਝਾਇਆ ਜਾ ਸਕਦਾ। ਸੋ ਅਸੀਂ ਪਹਿਲਾਂ ਰੱਖੇ ਦਿਨ ਰੱਖੇ, ਮਹੀਨੇ ਦੇ ਵਿੱਚ ਜਿਵੇਂ 8 ਦਿਨ ਤੁਸੀਂ ਆਇਆ ਕਰੋ ਅਤੇ ਸਮਝ ਕੇ ਜਾਇਆ ਕਰੋ। ਫਿਰ ਜਦੋਂ ਨੰਬਰ ਆਫ ਕੈਂਡੀਡੇਟਸ ਵਧਣ ਲੱਗ ਗਏ, ਅਸੀਂ ਮਹੀਨੇ 'ਚ 1 ਦਿਨ ਰੱਖਿਆ ਅਤੇ ਉਹਨੂੰ ਟ੍ਰੇਨਿੰਗ ਦਾ ਨਾਮ ਦਿੱਤਾ ਵੀ ਤੁਸੀਂ ਇਸ ਦਿਨ ਟ੍ਰੇਨਿੰਗ 'ਚ ਐਨਰੋਲ ਕਰੋ ਅਤੇ ਆਓ, ਸਮਝੋ। ਅਤੇ ਇਕਨੂਰ, ਤੁਸੀਂ ਕਿਹੜੀ ਕਲਾਸ ਪੜ੍ਹਦੇ ਹੋ ਬੇਟਾ? ਸਰ, ਮੈਂ ਫਿਲਹਾਲ 10th ਕਲਾਸ ਦੇ ਵਿੱਚ ਪੜ੍ਹ ਰਹੀ ਹਾਂ। 10th ਦੇ ਵਿੱਚੋਂ? ਅਤੇ ਇੱਥੇ ਕਿਸ ਤਰ੍ਹਾਂ ਸਿਸਟਰ ਦੀ ਮਦਦ ਕਰਦੇ ਹੋ? ਕੀ ਕੁਛ ਦੇਖਣਾ ਪੈਂਦਾ, ਹਰਾ ਚਾਰਾ ਵਗੈਰਾ ਪਾਉਂਦੇ ਰਹਿੰਦੇ ਹੋ, ਕਿਸ ਤਰ੍ਹਾਂ ਸਿਸਟਮ ਚੱਲਦਾ ਸਾਰਾ? ਸਰ, ਅਸੀਂ ਦੋਨੋਂ ਹੀ ਇਕੱਠੇ ਸਾਰਾ ਕੰਮ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੀ ਰੂਟੀਨ ਬਣੀ ਹੋਈ ਹੈ, ਹਰ ਰੋਜ਼ ਸਵੇਰੇ ਉੱਠ ਕੇ ਫਾਰਮ 'ਤੇ ਆਉਂਦੇ ਹਾਂ, ਮੈਕਸੀਮਮ 1 ਘੰਟਾ ਦੇ ਕੇ ਜਾਂਦੇ ਹਾਂ ਕਿਉਂਕਿ ਸਕੂਲ ਨੂੰ ਵੀ ਅਸੀਂ ਟਾਈਮ ਦੇਣਾ। ਇੱਕ ਹੋਰ, ਇਹ ਪੜ੍ਹਾਈ ਦੇ ਵਿੱਚ ਪੂਰੇ ਹੁਸ਼ਿਆਰ ਨੇ, ਇਹਨਾਂ ਦੇ 10th ਕਲਾਸ ਦੇ ਵਿੱਚ ਮੈਰਿਟ ਦੇ ਵਿੱਚ ਆਏ ਸੀਗੇ, ਤਾਂ ਨਾਲ ਸਵੇਰੇ ਉੱਠ ਕੇ ਅਸੀਂ ਫਾਰਮ 'ਤੇ ਆਉਂਦੇ ਹਾਂ, ਫਿਰ ਸਾਰਾ ਮਿਲਕਿੰਗ ਕਰਕੇ ਉਸਨੂੰ ਜਿਹੜਾ ਪਟਿਆਲਾ ਦਾ ਸ਼ਹਿਰੀ ਇਲਾਕਾ ਉੱਥੇ ਸੈਲ ਕਰਦੇ ਹਾਂ। ਉਸ ਤੋਂ ਬਾਅਦ ਸੈਟਰਡੇ ਸੰਡੇ ਨੂੰ ਜਦੋਂ ਸਾਨੂੰ ਛੁੱਟੀ ਹੁੰਦੀ ਹੈ, ਸੈਟਰਡੇ ਦੀ, 2nd Saturday ਦੀ, ਤਾਂ ਉਦੋਂ ਫਾਰਮ 'ਤੇ ਹੀ ਹੁੰਦੇ ਹਾਂ। ਮੰਨਤ, ਤੁਸੀਂ ਜਿਹੜਾ ਦੁੱਧ ਹੈ ਇਹਦਾ ਦੁੱਧ ਵੀ ਵੇਚਦੇ ਹੋ ਅਤੇ ਨਾਲ ਜਿਹੜਾ ਘੀ ਹੈ ਉਹ ਵੀ ਵੇਚਿਆ ਜਾਂਦਾ? ਹਾਂਜੀ, ਇਹਦੇ ਕਾਫੀ ਸਾਰੇ ਪ੍ਰੋਡਕਟਸ ਬਣਦੇ ਨੇ ਗੋਟ ਮਿਲਕ ਦੇ। ਸਭ ਤੋਂ ਪਹਿਲਾਂ ਤਾਂ ਦੁੱਧ, ਕੱਚਾ ਦੁੱਧ ਹੀ ਸੈਲ ਹੋ ਜਾਂਦਾ ਹੈ। ਅਗਰ ਦੁੱਧ ਰੇਟ ਕੀ ਹੁੰਦਾ? ਦੁੱਧ 400 ਰੁਪਏ ਲੀਟਰ ਸੈਲ ਹੁੰਦਾ ਹੈ, ਅਤੇ ਬਾਕੀ ਜਿਹੜਾ, ਹਾਂਜੀ, ਕਦੇ ਕਦੇ ਜਿਵੇਂ ਬਚ ਜਾਂਦਾ ਹੈ ਸਰਪਲਸ, ਤਾਂ ਉਹਦਾ ਘੀ ਕੱਢਿਆ ਜਾਂਦਾ। ਘੀ ਕਾਫੀ ਡਿਮਾਂਡ ਦੇ ਵਿੱਚ ਰਹਿੰਦਾ, ਬਹੁਤ ਸਾਰੀ ਪ੍ਰੋਬਲਮਸ ਨਾਲ ਡੀਲ ਕਰਦਾ, ਜਿਵੇਂ ਸਕਿਨ ਦੀਆਂ ਪ੍ਰੋਬਲਮਸ ਹੁੰਦੀਆਂ ਨੇ, ਨਰਿਸ਼ਮੈਂਟ ਕਰਦਾ ਸਕਿਨ ਨੂੰ। ਇਹ ਸਾਰੇ ਸਾਡੇ ਜਿਹੜੇ ਕਸਟਮਰਸ ਨੇ ਉਹ ਦੱਸਦੇ ਹੁੰਦੇ ਨੇ ਵੀ ਕਿਆ ਕਿਆ ਫਾਇਦਾ ਦਿੰਦਾ। ਤੁਹਾਡੇ ਨਾਲ ਹੋਰ ਕੌਣ ਸਹਿਯੋਗ ਕਰ ਰਿਹਾ? ਮੰਮੀ ਡੈਡੀ ਵੀ ਸਹਿਯੋਗ ਕਰ ਰਹੇ ਨੇ ਇਸ ਫਾਰਮ ਦੇ ਵਿੱਚ? ਹਾਂਜੀ, ਕਿਉਂਕਿ ਫੈਮਿਲੀ ਦੇ ਸਹਿਯੋਗ ਤੋਂ ਬਿਨਾਂ ਤਾਂ ਪੋਸੀਬਲ ਹੀ ਨਹੀਂ ਹੈ। ਸਾਡੀ ਸਾਰੀ ਫੈਮਿਲੀ ਪੂਰਾ ਸਪੋਰਟ ਕਰਦੇ ਆ, ਮੰਮਾ ਪਾਪਾ ਰੋਜ਼ ਸਾਨੂੰ ਲੈ ਕੇ ਆਉਂਦੇ ਨੇ। ਜਿਵੇਂ ਹੁਣ ਅਸੀਂ ਛੋਟੇ ਹਾਲੇ ਨਹੀਂ ਆ ਸਕਦੇ ਸਵੇਰੇ ਖੁਦ, ਤਾਂ ਉਹ ਲੈ ਕੇ ਆਉਂਦੇ ਨੇ। ਬਾਕੀ ਸਾਡੇ ਦਾਦਾ ਦਾਦੀ, ਨਾਨਾ ਜੀ, ਨਾਨੀ ਜੀ ਸਾਰੇ ਹੈਲਪ ਕਰਦੇ ਨੇ। ਮਤਲਬ ਜਿਹੜੀ ਬੱਕਰੀਆਂ ਨੇਗੀਆਂ, ਤੁਸੀਂ ਕਿਹਾ ਕਿ ਉਹਦੀ ਕੀਮਤ ਬਹੁਤ ਜ਼ਿਆਦਾ, ਕਿੱਥੋਂ ਲਿਆਉਂਦੀਆਂ ਸੀ, ਕਿੰਨੀ ਕੁ ਇਹਨਾਂ ਦੀ ਕੀਮਤ ਹੁੰਦੀ ਹੈ, ਅਤੇ ਅੱਗੇ ਇਹਨਾਂ ਨੂੰ ਤੁਸੀਂ ਵੇਚਦੇ ਵੀ ਹੋ?
ਹਾਂਜੀ, ਜਿਹੜੀ ਸਾਡੇ ਕੋਲ ਨਸਲ ਹੈ ਉਹ ਇੱਕ ਸਪੈਸੀਫਿਕ ਨਸਲ ਹੈ ਜਿਸਦਾ ਨਾਮ ਸਾਨਿਨ ਬਰੀਡ ਹੈ। ਸੋ ਇਹ ਜਿਹੜੀ ਬਰੀਡ ਹੈ ਇੰਡੀਆ ਦੇ ਵਿੱਚ ਬਹੁਤ ਹੀ ਘੱਟ ਪਾਈ ਜਾਂਦੀ ਹੈ। ਇਹ ਬਰੀਡ 60,000 ਤੋਂ ਸਟਾਰਟ ਹੁੰਦੀ ਹੈ, ਇਹਦੀ ਇੱਕ ਫੀਮੇਲ ਹੈ ਜਿਹੜੀ 60,000 ਤੋਂ ਸਟਾਰਟ ਹੁੰਦੀ ਹੈ। ਸੋ ਸਾਨੂੰ ਇਹ ਬਹੁਤ ਮੁਸ਼ਕਿਲ ਨਾਲ ਮਿਲੀ ਹੈ, ਅਸੀਂ ਔਨਲਾਈਨ ਸਰਚ ਕੀਤੀ, ਉਸ ਤੋਂ ਬਾਅਦ ਇੰਡੀਆ 'ਚੋਂ ਜਿੱਥੋਂ ਵੀ ਸਾਨੂੰ ਮਿਲੀ ਅਸੀਂ ਇਕੱਠੀ ਕੀਤੀ। ਅਤੇ ਅੱਗੇ ਦਾ ਕੀ ਸੋਚਿਆ ਹੈਗਾ, ਪੜ੍ਹਾਈ ਵੀ ਚੱਲ ਰਹੀ ਹੈ ਅਤੇ ਅੱਗੇ ਜਿਹੜਾ ਪੂਰਾ ਇਹ ਕਾਰੋਬਾਰ ਤੁਸੀਂ ਹੁਣ ਸ਼ੁਰੂ ਕੀਤਾ ਹੈਗਾ, ਕੀ ਇਹਨੂੰ ਹੋਰ ਵੀ ਅੱਗੇ ਵਧਾਓਗੇ? ਹਾਂਜੀ, ਇਹਨਾਂ ਬਾਰੇ ਥੋੜ੍ਹਾ ਇਹ ਦੱਸਾਂਗੇ। ਕਿਸ ਤਰ੍ਹਾਂ ਦੱਸੋਗੇ? ਸਰ, ਅਸੀਂ ਸੋਚਿਆ ਜਿਵੇਂ ਕਿ ਬਾਹਰ ਆਪਾਂ ਦੇਖਦੇ ਹਾਂ ਕੰਟਰੀਜ਼ ਦੇ ਵਿੱਚ, ਉਹਨਾਂ ਨੇ ਫੁੱਲੀ ਆਟੋਮੈਟਿਕ ਫਾਰਮ ਬਣਾਇਆ ਹੁੰਦਾ ਜਿਹਦੇ ਵਿੱਚ ਇੱਕ ਮਿਲਕ ਪਾਰਲਰ ਹੁੰਦਾ, ਉਹਦੇ ਵਿੱਚ ਆਪੀ ਗੋਟਸ ਜਾਂਦੀਆਂ ਨੇ ਅਤੇ ਇੱਕ ਮਿਲਕਿੰਗ ਮਸ਼ੀਨ ਰਾਹੀਂ ਉਹਨਾਂ ਦਾ ਦੁੱਧ ਕੱਢਿਆ ਜਾਂਦਾ। ਉਸ ਤਰੀਕੇ ਦਾ ਅਸੀਂ ਸੋਚ ਰਹੇ ਹਾਂ। ਬਾਕੀ ਜਿਹੜੀ ਸਾਡੇ ਕੋਲ ਬਰੀਡ ਹੈ ਸੈਨਿਨ, ਜਿਹੜੀ ਸਵਿਟਜ਼ਰਲੈਂਡ ਦੀ ਬਰੀਡ ਹੈ, ਇਹ ਤੁਹਾਨੂੰ ਪੰਜਾਬ ਦੇ ਵਿੱਚ ਹੋਰ ਕਿਤੇ ਨਹੀਂ ਮਿਲੇਗੀ, ਸਿਰਫ ਸਾਡੇ ਫਾਰਮ 'ਤੇ ਹੀ ਹੈ। ਤਾਂ ਅਸੀਂ ਇਸ ਨੂੰ ਹੀ ਹੋਰ ਅੱਗੇ ਵਧਾਉਣਾ ਚਾਹੁੰਦੇ ਹਾਂ। ਅਸੀਂ ਟੋਟਲ 500 ਦੇ ਅਰਾਊਂਡ ਗੋਟਸ ਕਰਨਾ ਚਾਹੁੰਦੇ ਹਾਂ, ਉਹ ਵੀ ਸਿਰਫ ਸੈਨਿਨ ਬਰੀਡ ਦੀ। ਆਪਣੀ ਮਿਹਨਤ ਔਰ ਘਰ ਦੇ ਪੈਸੇ ਨਾਲ ਹੈ, ਕੋਈ ਸਰਕਾਰ ਤੋਂ ਫਿਲਹਾਲ ਕੋਈ ਗ੍ਰਾਂਟ ਵਗੈਰਾ ਮਦਦ ਆਈ ਹੈ? ਸਰ, ਹਜੇ ਗ੍ਰਾਂਟ ਤਾਂ ਨਹੀਂ, ਬਾਕੀ ਇਸ ਦੇ ਵਿੱਚ ਜਿਹੜਾ ਲੋਨ ਮਿਲਦਾ NLM ਲੋਨ, ਉਸ ਦਾ ਅਸੀਂ ਅਪਲਾਈ ਕਰਿਆ ਹੋਇਆ। ਬਾਕੀ ਸਰਕਾਰ ਵੱਲੋਂ ਸਾਨੂੰ ਐਪਰੀਸ਼ੀਏਸ਼ਨ ਜ਼ਰੂਰ ਹੋਈ ਹੈ ਦੀ ਮੇਰੀ ਸਿਸਟਰ ਨੂੰ। ਇਹਨਾਂ ਨੂੰ ਇੱਕ DC ਮੈਮ ਨੇ ਪ੍ਰੋਗਰਾਮ ਕਰਵਾਇਆ ਸੀ ਜਿਸ ਦਾ ਨਾਮ ਸੀ ਫਿਊਚਰ ਟਾਈਕੋਨ, ਉਹਨਾਂ ਵਿੱਚ ਇਹਨਾਂ ਨੇ ਇਨਰੋਲ ਕੀਤਾ ਸੀ ਅਤੇ ਫਿਰ ਇਹਨਾਂ ਨੇ ਆਪਣੀ ਸਪੀਚ ਦਿੱਤੀ, PPT ਦਿਖਾਈ, ਤਾਂ ਉਸ ਤੋਂ ਬਾਅਦ ਇਹਨਾਂ ਦੀ ਫਸਟ ਪੋਜੀਸ਼ਨ ਆਈ ਸੀ ਅਤੇ 51,000 ਦਾ ਪ੍ਰਾਈਜ਼ ਮਿਲਿਆ ਸੀ। ਓਕੇ, ਸੋ ਇਹ ਦੋ ਬੱਚੀਆਂ ਨੇ, ਦੋ ਬੇਟੀਆਂ ਨੇ, ਮੰਨਤ ਅਤੇ ਇਕਨੂਰ, ਜਿਹੜੀ ਇੱਕ +1 ਦੇ ਵਿੱਚ ਪੜ੍ਹਾਈ ਕਰ ਰਹੀ ਹੈ, ਮੈਰਿਟ ਲਿਸਟ ਦੇ ਵਿੱਚ ਆਈ ਸੀ, ਐਮੀਨੈਂਸ ਸਕੂਲ ਦੇ ਵਿੱਚ ਪੜ੍ਹਾਈ ਕਰ ਰਹੀ ਹੈ, ਅਤੇ ਦੂਸਰੀ ਇਕਨੂਰ ਹੈ ਜਿਹੜੀ 10ਵੀਂ ਕਲਾਸ ਦੇ ਵਿੱਚ ਪੜ੍ਹ ਰਹੀ ਹੈ। ਅਤੇ ਦੋਨੇ ਬੱਚੀਆਂ ਉਹਨਾਂ ਲੋਕਾਂ ਦੇ ਲਈ ਚਾਨਣ ਮੁਨਾਰਾ ਨੇ ਜਿਹੜੇ ਕੋਈ ਵੀ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰਨ ਦੀ ਸੋਚਦੇ ਨੇ, ਕਿਉਂਕਿ ਅਕਸਰ ਜਿਹੜੀਆਂ ਸਾਡੀਆਂ ਧੀਆਂ ਨੇ ਉਹ ਪੜ੍ਹਾਈ ਦੇ ਵਿੱਚ ਅਤੇ ਖੇਡਾਂ ਦੇ ਵਿੱਚ ਆਪਣਾ ਨਾਮ ਰੋਸ਼ਨ ਤਾਂ ਕਰ ਰਹੀਆਂ ਨੇ, ਹੁਣ ਇੱਕ ਬਿਜ਼ਨਸ ਦੇ ਵਿੱਚ ਇਹਨਾਂ ਦੋ ਬੇਟੀਆਂ ਨੇ, ਪਟਿਆਲੇ ਦੀਆਂ ਦੋ ਧੀਆਂ ਨੇ ਇੱਕ ਨਵਾਂ ਨਾਮ ਕਮਾਇਆ ਅਤੇ ਇਹਨਾਂ ਦਾ ਜਿਹੜਾ ਗੋਟ ਫਾਰਮ ਹੈ ਉਹ ਲਗਾਤਾਰ ਅੱਗੇ ਵੱਧਦਾ ਜਾ ਰਿਹਾ ਹੈ। ਪਟਿਆਲਾ ਦੇ ਬਹਾਦਰਗੜ੍ਹ ਤੋਂ ਮਨੋਜ ਸ਼ਰਮਾ, ਨਿਊਜ਼ 18 ਪੰਜਾਬ।